ਹਾਈ ਐਵਰੀਵਨ, ਵੈਲਕਮ ਬੈਕ ਟੂ ਈਜ਼ੀ ਇੰਗਲਿਸ਼ ਵਿਦ ਮੋਗਮ। ਸੋ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਇੱਕ ਕਿਊ ਕਾਰਡ ਜਿਹਦਾ ਨਾਮ ਹੈ ਡਿਸਕ੍ਰਾਈਬ ਅ ਪਲੇਸ ਵੇ ਯੂ ਹੈਵ ਟੇਕਨ ਫੋਟੋਜ਼ ਮੋਰ ਦੈਨ ਵੰਸ। ਇੱਕ ਜਗ੍ਹਾ ਨੂੰ ਡਿਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਪਿਕਚਰਸ ਕਲਿੱਕ ਕੀਤੀਆਂ ਹੋਣ ਇੱਕ ਵਾਰੀ ਤੋਂ ਵੱਧ। ਸੋ ਇਹ ਜਿਹੜਾ ਕਿਊ ਕਾਰਡ ਹੈਗਾ ਜੀ, ਇਹ ਮੇ ਟੂ ਅਗਸਟ 2024 ਦੇ ਵਿੱਚ ਲੇਟੈਸਟ ਆਇਆ ਹੋਇਆ ਕਿਊ ਕਾਰਡ ਹੈ। ਇਹਦੇ ਬੁਲੇਟ ਪੁਆਇੰਟਸ ਨੇ ਵੇਅਰ ਦਾ ਪਲੇਸ ਇਜ਼, ਉਹ ਜਗ੍ਹਾ ਕਿੱਥੇ ਹੈ, ਵੈਨ ਯੂ ਟੁੱਕ ਦਾ ਫੋਟੋਜ਼, ਤੁਸੀਂ ਫੋਟੋਜ਼ ਕਦੋਂ ਲਿੱਤੀਆਂ ਸੀ, ਵੱਟ ਸਪੈਸ਼ਲ ਫੀਚਰਸ ਦਾ ਫੋਟੋਜ਼ ਟੇਕਨ ਦੇਅਰ ਹੈਵ, ਕਿਹੜੇ ਸਪੈਸ਼ਲ ਫੀਚਰਸ ਨੇ ਜਿਹੜੀਆਂ ਤੁਸੀਂ ਉੱਥੇ ਫੋਟੋਗ੍ਰਾਫਸ ਕਲਿੱਕ ਕੀਤੀਆਂ ਸੀ ਉਹਨਾਂ ਦੇ ਵਿੱਚ ਹਨ, ਐਕਸਪਲੇਨ ਵਾਈ ਯੂ ਹੈਵ ਬੀਨ ਦੇਅਰ ਮੋਰ ਦੈਨ ਵੰਸ ਟੂ ਟੇਕ ਫੋਟੋਜ਼, ਅਤੇ ਐਂਡ ਦੇ ਵਿੱਚ ਤੁਸੀਂ ਐਕਸਪਲੇਨ ਕਰਨਾ ਹੈ ਵੀ ਤੁਸੀਂ ਉੱਥੇ ਇੱਕ ਵਾਰੀ ਤੋਂ ਵੱਧ ਕਿਉਂ ਗਏ ਸੀ ਫੋਟੋਗ੍ਰਾਫਸ ਲੈਣ ਦੇ ਲਈ। ਸੋ ਸਟਾਰਟ ਕਰਦੇ ਹਾਂ ਆਪਾਂ। Photos are an important part of every person's life. Introduction to start karde hain ji, jadon vi koi cue card start karna hunda hai, hamesha cue card de vichon koi ek point, cue card de topic de vichon koi ek main point jide basis de utte tusi ek introduction taiyar karni hai, jide vich tusi 10 to 15 seconds apne starting de utilize kar sakde ho. Photos are an important part of every person's life, yani ki photographs jehdiyan hundiyan ne ਹਰ ਇੱਕ ਮਨੁੱਖ ਦਾ, ਹਰ ਇੱਕ ਵਿਅਕਤੀ ਦੇ ਜ਼ਿੰਦਗੀ ਦਾ ਇੱਕ ਇੰਪੋਰਟੈਂਟ ਹਿੱਸਾ ਹੁੰਦੀਆਂ ਨੇ। ਇਟ ਇਜ਼ ਵੈਰੀ ਅਸੈਂਸ਼ੀਅਲ ਟੂ ਟੇਕ ਫੋਟੋਗ੍ਰਾਫਸ ਟੂ ਕੈਪਚਰ ਦ ਮੂਮੈਂਟਸ ਐਂਡ ਕੀਪ ਦਾ ਮੈਮਰੀਜ਼ ਵਿਦ ਯੂ। ਬਹੁਤ ਜ਼ਰੂਰੀ ਹੈ ਫੋਟੋਗ੍ਰਾਫਸ ਨੂੰ ਕਲਿੱਕ ਕਰਨਾ, ਕਿਉਂ? ਕਿਉਂਕਿ ਇਹਦੇ ਨਾਲ ਇੱਕ ਤਾਂ ਤੁਸੀਂ ਮੂਮੈਂਟਸ ਨੂੰ ਕੈਪਚਰ ਕਰ ਸਕਦੇ ਹੋ, ਸੈਕਿੰਡਲੀ ਤੁਸੀਂ ਜਿਹੜੀਆਂ ਮੈਮਰੀਜ਼ ਨੇ, ਜਿਹੜੀਆਂ ਵੀ ਯਾਦਾਂ ਨੇ, ਉਹਨਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ। ਆਈ ਹੈਵ ਬੀਨ ਟੂ ਮੈਨੀ ਪਲੇਸਿਸ ਇਨ ਮਾਈ ਲਾਈਫ, I have clicked pictures almost everywhere because I am fond of doing photography and taking pictures of me with my near and dear ones. ਮੈਂ ਹਰ ਇੱਕ ਜਗ੍ਹਾ 'ਤੇ ਜਿੱਥੇ ਵੀ ਗਿਆ ਹਾਂ, ਹੁਣ ਤੱਕ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਗਿਆ ਹਾਂ, ਹਰ ਇੱਕ ਜਗ੍ਹਾ ਦੇ ਉੱਤੇ ਪਿਕਚਰਸ ਕਲਿੱਕ ਕੀਤੀਆਂ ਨੇ। ਕਿਉਂ? ਕਿਉਂਕਿ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ। Fond of doing something, that means ਕਿਸੇ ਚੀਜ਼ ਦੇ ਵਿੱਚ ਤੁਹਾਡੀ ਬੇਹੱਦ ਰੁਚੀ ਹੋਣੀ, ਬੇਹੱਦ ਇੰਟਰਸਟ ਹੋਣਾ, ਐਂਡ ਟੇਕਿੰਗ ਪਿਕਚਰਸ ਆਫ ਮੀ, ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਆਪਣੀਆਂ ਫੋਟੋਜ਼ ਕਲਿੱਕ ਕਰਨ ਦਾ ਬੇਹੱਦ ਸ਼ੌਂਕ ਹੈ। ਕਿਹਦੇ ਨਾਲ? ਵਿਦ ਮਾਈ ਨੀਅਰ ਐਂਡ ਡੀਅਰ ਵੰਸ। ਨੀਅਰ ਐਂਡ ਡੀਅਰ ਵੰਸ ਕੌਣ ਹੁੰਦੇ ਨੇ ਜੀ? ਤੁਹਾਡੇ ਫਰੈਂਡਸ, ਤੁਹਾਡੇ ਰਿਲੇਟਿਵਸ, ਪੇਰੈਂਟਸ, ਉਹ ਲੋਕ ਜਿਹੜੇ ਤੁਹਾਡੇ ਦਿਲ ਦੇ ਬਹੁਤ ਖਾਸ ਹੋ। ਹੇਅਰ I am going to talk about a place where I have been for more than 4 times. Ithe main us jagah bare gall karan ja reha. Here I am going to talk about a place where I have been for more than 4 times. Jithe main hun tak 4 vari ja chukya. 4 vari to vi vadh ja chukya. It is none other than Sukhna Lake. It is none other than Sukhna Lake to ki bhav hai ji? Yani ki eh hor koi nahi, Sukhna Lake di gall kiti ja rahi hai. ਸੁਖਨਾ ਲੇਕ ਇਜ਼ ਵੈਰੀ ਫੇਮਸ ਇਨ ਚੰਡੀਗੜ੍ਹ। ਸੁਖਨਾ ਲੇਕ ਜਿਹੜੀ ਹੈਗੀ ਹੈ ਉਹ ਚੰਡੀਗੜ੍ਹ ਦੇ ਵਿੱਚ ਬਹੁਤ ਫੇਮਸ ਹੈ। ਦ ਸਿਟੀ ਬਿਊਟੀਫੁੱਲ, ਚੰਡੀਗੜ੍ਹ ਕੀ ਹੈ ਜੀ? ਸਿਟੀ ਬਿਊਟੀਫੁੱਲ, ਚੰਡੀਗੜ੍ਹ ਨੂੰ ਬਿਊਟੀਫੁੱਲ ਸਿਟੀ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ? ਇੱਥੇ ਚੰਡੀਗੜ੍ਹ ਨੂੰ ਇਨਵਰਟਿਡ ਕੌਮਾਂ ਦੇ ਵਿੱਚ ਰੱਖਿਆ ਅਤੇ ਦ ਸਿਟੀ ਬਿਊਟੀਫੁੱਲ ਨਾਲ ਮੈਨਸ਼ਨ ਕੀਤਾ ਗਿਆ ਚੰਡੀਗੜ੍ਹ ਨੂੰ ਐਕਸਪਲੇਨ ਕਰਨ ਲਈ। ਐਜ਼ ਵੈਲ ਐਜ਼ ਦ ਜੁਆਇੰਟ ਕੈਪੀਟਲ ਆਫ ਪੰਜਾਬ ਐਂਡ ਹਰਿਆਣਾ। ਅਤੇ ਸਿਟੀ ਬਿਊਟੀਫੁੱਲ ਹੋਣ ਦੇ ਨਾਲ ਨਾਲ ਹੀ ਚੰਡੀਗੜ੍ਹ ਕੀ ਹੈ? ਜੁਆਇੰਟ ਕੈਪੀਟਲ ਹੈ ਕਿਹਦੀ? ਪੰਜਾਬ ਦੀ ਅਤੇ ਹਰਿਆਣੇ ਦੀ। ਆਈ ਵੈਂਟ ਟੂ ਸੁਖਨਾ ਲੇਕ ਫੋਰ ਦ ਫਸਟ ਟਾਈਮ ਵਿਦ ਮਾਈ ਸਕੂਲ ਮੇਟਸ ਵੈਨ ਆਈ ਵਾਜ਼ ਇਨ ਮਾਈ ਸੈਕੰਡਰੀ ਕਲਾਸ। ਮੈਂ ਸੁਖਨਾ ਲੇਕ ਪਹਿਲੀ ਵਾਰ ਕਦੋਂ ਗਿਆ ਸੀ?
ਜਦੋਂ ਮੈਂ ਆਪਣੇ ਸਕੂਲ ਦੇ ਵਿੱਚ ਸੀਗਾ, ਜਦੋਂ ਮੈਂ ਆਪਣੀ ਸੈਕੰਡਰੀ ਕਲਾਸ ਕਰ ਰਿਹਾ ਸੀ। ਸੈਕੰਡਰੀ ਕਲਾਸ ਹੁੰਦੀ ਹੈ ਜੀ ਪਲੱਸ ਵਨ ਕਲਾਸ। ਕਿਹਦੇ ਨਾਲ ਗਿਆ ਸੀ? ਆਪਣੇ ਸਕੂਲ ਮੇਟਸ ਦੇ ਨਾਲ। ਮੀ ਐਂਡ ਅ ਫਰੈਂਡ ਆਫ ਮਾਈਨ ਵਰ ਓਵਰਵੈਲਮ ਟੂ ਸੀ ਦ ਬਿਊਟੀਫੁਲ ਵਿਊ। ਮੈਂ ਅਤੇ ਮੇਰਾ ਦੋਸਤ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਬੇਹੱਦ ਖੁਸ਼ੀ ਹੋਣੀ, ਅਤਿਅੰਤ ਖੁਸ਼ੀ ਮਿਲਣੀ, ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਲੂੰ ਕੰਢੇ ਖੜ੍ਹੇ ਹੋ ਜਾਣੇ। ਇੰਨਾ ਸੋਹਣਾ ਵਿਊ ਲੱਗਿਆ ਉਹ ਕਿ ਤੁਹਾਨੂੰ ਬਹੁਤ ਖੁਸ਼ੀ ਹੋਈ। ਓਵਰਵੈਲਮ ਦਾ ਇਹ ਮਤਲਬ ਹੁੰਦਾ ਜੀ। ਵੀ ਟੁੱਕ ਆਊਟ ਆਰ ਮੋਬਾਈਲ ਫੋਨਸ ਐਂਡ ਸਟਾਰਟਿਡ ਟੇਕਿੰਗ ਦ ਪਿਕਚਰਸ ਆਫ ਦ ਸੀਨਿਕ ਵਿਊਜ਼। ਅਸੀਂ ਆਪਣੇ ਮੋਬਾਈਲ ਫੋਨ ਬਾਹਰ ਕੱਢੇ ਅਤੇ ਕੀ ਸਟਾਰਟ ਕੀਤਾ, ਫੋਟੋਗ੍ਰਾਫਸ ਲੈਣੀਆਂ ਸ਼ੁਰੂ ਕੀਤੀਆਂ। ਕਿਸ ਚੀਜ਼ ਦੀਆਂ? ਸੀਨਿਕ ਵਿਊਜ਼ ਦੀਆਂ। ਸੀਨਿਕ ਵਿਊਜ਼ ਕੀ ਹੁੰਦੇ ਨੇ ਜੀ? ਉਹ ਵਿਊਜ਼ ਜਿਨ੍ਹਾਂ ਨੂੰ ਅਸੀਂ ਸੀਨਰੀਜ਼ ਦੇ ਵਿੱਚ ਕਾਊਂਟ ਕਰ ਸਕਦੇ ਹਾਂ। ਦੈਨ ਆਈ ਟੁੱਕ ਅ ਸੈਲਫੀ, ਅਤੇ ਫਿਰ ਮੈਂ ਇੱਕ ਸੈਲਫੀ ਕਲਿੱਕ ਕੀਤੀ। ਇਟ ਵਾਜ਼ ਸੋ ਅਮੇਜ਼ਿੰਗ ਬਿਕੋਜ਼ ਆਫ ਦਾ ਬੈਕਗਰਾਊਂਡ। ਉਹ ਬਹੁਤ ਹੀ ਜ਼ਿਆਦਾ ਵਧੀਆ ਸੀ, ਬਹੁਤ ਜ਼ਿਆਦਾ ਅਮੇਜ਼ਿੰਗ ਸੀਗੀ। ਕਿਉਂ? ਕਿਉਂਕਿ ਜਿਹੜਾ ਬੈਕਗਰਾਊਂਡ ਉਹਦੇ ਵਿੱਚ ਆ ਰਿਹਾ ਸੀ ਉਸਦੇ ਕਰਕੇ। ਦੇਅਰ ਵਰ ਅਲੋਟ ਆਫ ਫਲਾਸ, ਬਹੁਤ ਸਾਰੇ ਫੁੱਲ ਸੀ। ਟਰੀਜ਼ ਐਂਡ ਦ ਪਾਥਵੇਜ਼, ਟਰੀਜ਼ ਸੀਗੇ ਅਤੇ ਪਾਥਵੇਜ਼ ਸੀਗੇ। ਵੇਅਰ ਈਚ ਐਂਡ ਐਵਰੀ ਫੋਟੋ ਵਾਜ਼ ਬੀਂਗ ਕੈਪਚਰਡ ਵੰਡਰਫੁਲ, ਜਿੱਥੇ ਹਰ ਇੱਕ ਫੋਟੋ ਬਹੁਤ ਹੀ ਜ਼ਿਆਦਾ ਸੋਹਣੀ ਖਿੱਚੀ ਜਾ ਰਹੀ ਸੀ, ਸੋਹਣੀ ਕੈਪਚਰ ਹੋ ਰਹੀ ਸੀ। ਦ ਟਾਈਮ ਕੈਪਟ ਔਨ ਪਾਸਿੰਗ ਬਟ ਵੀ ਵਰ ਨੋਟ ਫੀਲਿੰਗ ਸੈਟਿਸਫਾਈਡ ਵਿਦ ਦ ਕੁਆਂਟਿਟੀ ਆਫ ਪਿਕਚਰਸ। ਟਾਈਮ ਜਿਹੜਾ ਸੀਗਾ, ਸਮਾਂ ਜਿਹੜਾ ਸੀਗਾ, ਉਹ ਪਾਸ ਹੁੰਦਾ ਜਾ ਰਿਹਾ ਸੀ, ਪਰ ਅਸੀਂ ਫੋਟੋਗ੍ਰਾਫਸ ਦੀ ਕੁਆਂਟਿਟੀ ਤੋਂ, ਯਾਨੀ ਕਿ ਬਹੁਤ ਸਾਰੀਆਂ ਫੋਟੋਜ਼ ਖਿੱਚ ਚੁੱਕੇ ਸੀ ਪਰ ਜਿੰਨੀਆਂ ਖਿੱਚੀਆਂ ਸੀ ਉਹਦੇ ਤੋਂ ਅਸੀਂ ਸੈਟਿਸਫਾਈਡ ਨਹੀਂ ਸੀਗੇ, ਯਾਨੀ ਕਿ ਸਾਡਾ ਮਨ ਕਰ ਰਿਹਾ ਸੀ ਅਸੀਂ ਹੋਰ ਫੋਟੋਗ੍ਰਾਫਸ ਕਲਿੱਕ ਕਰੀਏ। ਬਿਕੋਜ਼ ਦੇਅਰ ਵਰ ਸਮ ਪਲੇਸਿਸ ਲੈਫਟ ਵੇਅਰ ਵੀ ਹੈਡ ਨੋਟ ਟੇਕਨ ਦ ਪਿਕਚਰਸ, ਕਿਉਂਕਿ ਉੱਥੇ ਕੁਛ ਕੁ ਥਾਵਾਂ ਜਿਹੜੀਆਂ ਸੀਗੀਆਂ ਉਹ ਬਚ ਗਈਆਂ ਸੀ, ਰਹਿ ਗਈਆਂ ਸੀ, ਜਿੱਥੇ ਅਸੀਂ ਪਿਕਚਰਸ ਕਲਿੱਕ ਨਹੀਂ ਕੀਤੀਆਂ ਸੀ। ਬਟ ਦੇ ਕੁਡ ਨੋਟ ਬੀ ਇਗਨੋਰਡ, ਪਰ ਉਹ ਜਿਹੜੀਆਂ ਥਾਵਾਂ ਸੀਗੀਆਂ ਉਹ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਸੀ। ਸੋ ਵੀ ਡਿਸਾਈਡਿਡ ਟੂ ਕਮ ਦੇਅਰ ਅਗੇਨ, ਸੋ ਅਸੀਂ ਪਲੈਨ ਕੀਤਾ ਉਸ ਥਾਂ ਦੇ ਉੱਤੇ ਦੁਬਾਰਾ ਆਉਣ ਦਾ। ਐਂਡ ਕਵਰ ਦ ਲੈਫਟ ਓਵਰ ਪਲੇਸਿਸ, ਅਤੇ ਉਹ ਜਿਹੜੀਆਂ ਥਾਵਾਂ ਬਚੀਆਂ ਸੀ ਉਹਨਾਂ ਨੂੰ ਦੁਬਾਰਾ ਕਵਰ ਕਰਨ ਦਾ, ਯਾਨੀ ਕਿ ਉੱਥੇ ਦੁਬਾਰਾ ਫੋਟੋਗ੍ਰਾਫਸ ਕਲਿੱਕ ਕਰਨ ਦਾ। ਐਂਡ ਵੀ ਡਿਡ ਇਟ ਫੋਰ ਮੈਨੀ ਟਾਈਮਸ, ਅਤੇ ਅਸੀਂ ਇਹ ਚੀਜ਼ ਕੀਤੀ ਇੱਕ ਵਾਰੀ ਨਹੀਂ ਕਈ ਵਾਰੀ। ਫੋਰ ਮੈਨੀ ਟਾਈਮਸ ਮਤਲਬ ਕਿ ਅਸੀਂ ਇਹ ਚੀਜ਼ ਨੂੰ ਕਈ ਵਾਰੀ ਦੁਹਰਾਇਆ। ਆਈ ਵੁੱਡ ਡੈਫੀਨੇਟਲੀ ਸੁਜੈਸਟ ਆਲ ਆਫ ਦ ਪੀਪਲ ਆਈ ਨੋ, ਮੈਂ ਬਿਲਕੁਲ ਸੁਜੈਸਟ ਕਰੂੰਗਾ ਹਰ ਉਸ ਵਿਅਕਤੀ ਨੂੰ ਜਿਹਨੂੰ ਮੈਂ ਜਾਣਦਾ, ਟੂ ਵਿਜ਼ਿਟ ਦੈਟ ਪਲੇਸ ਬਿਕੋਜ਼ ਇਟਸ ਬਿਊਟੀ ਕੈਨ ਨੈਵਰ ਫੇਡ। ਉਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਨ ਲਈ ਹਰ ਆਪਣੇ ਜਾਣ ਪਛਾਣ ਦੇ ਬੰਦੇ ਨੂੰ ਸੁਜੈਸਟ ਕਰੂੰਗਾ, ਕਿਉਂਕਿ ਉਸ ਜਗ੍ਹਾ ਦੀ ਜਿਹੜੀ ਬਿਊਟੀ ਹੈ ਉਹ ਕਦੇ ਵੀ ਫੇਡ ਨਹੀਂ ਹੋ ਸਕਦੀ, ਧੁੰਦਲੀ ਨਹੀਂ ਪੈ ਸਕਦੀ। ਐਂਡ ਇਟ ਇਜ਼ ਟੋਟਲ ਵਰਥ ਟੂ ਟੇਕ ਪਿਕਚਰਸ ਦੇਅਰ, ਅਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਆ, ਬਹੁਤ ਜ਼ਿਆਦਾ ਵਰਦੀ ਆ ਕਿ ਤੁਸੀਂ ਉੱਥੇ ਫੋਟੋਗ੍ਰਾਫਸ ਕਲਿੱਕ ਕਰੋ। ਸੋ ਸੁਖਨਾ ਲੇਕ ਇਜ਼ ਅ ਪਲੇਸ ਵੇਅਰ ਆਈ ਹੈਵ ਬੀਨ ਫੋਰ ਮੈਨੀ ਟਾਈਮਸ ਟੂ ਟੇਕ ਦ ਪਿਕਚਰਸ। ਸੋ ਸੁਖਨਾ ਲੇਕ ਉਹ ਜਗ੍ਹਾ ਆ ਜਿੱਥੇ ਮੈਂ ਬਹੁਤ ਵਾਰੀ ਗਿਆ ਫੋਟੋਗ੍ਰਾਫਸ ਲੈਣ ਲਈ। ਹੋਪਫੁਲੀ ਇਹ ਕਿਉਂ ਘੱਟ ਤੁਹਾਨੂੰ ਸਮਝ ਆਇਆ ਹੋਊਗਾ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।